ਇਦਨ ਤੂੰ ਕੀ ਸਾਰੇ ਕਰੀ ਜਾਣਾ ਰੋਜੇ ਕੀ ਦੇਖਦਾ ਤੂੰ ਕੀ ਆ ਇੱਥੇ ਮਾੜੀ ਮੋਟੀ ਸ਼ਰਮ ਕਰ ਲਾ ਕਿਸੇ ਦੀਆਂ ਧੀਆਂ ਭੈਣੀ ਝਾਕਦਾ ਧੀ ਭੈਣ ਕਨੀ ਸਾਡੇ ਵੀ ਉਹੋ ਜਿਹੀ ਘਰ ਚ ਹੈਗੀ ਆ ਅਕਲ ਨੂੰ ਹੱਥ ਮਾਰ ਲੈਗਾ ਤੂੰ ਅੱਜ ਤਾਂ ਮੈਂ ਦੇਖ ਲਿਆ ਤੇਰੀ ਲੱਤਾਂ ਤੋੜੂ ਆਉਣ ਦੇ ਤੇਰੇ ਬਾਪ ਨੂੰ ਦੱਸਦੀ ਆ ਮੈਂ ਹੁਣ ਅੱਜ ਜਿਹੜੇ ਤੇਰੀਆਂ ਹਰਕਤਾਂ ਨੇ ਮਾਰ ਲਿਆ ਮੈਨੂੰ ਆ ਬੈਠੀ ਆ ਮਾਲ ਦਾ ਟੈਨਸ਼ਨਾਂ ਚ ਪਈ ਪਈ ਆ ਸਵੇਰ ਦੀ ਟੈਨਸ਼ਨ ਕਾਹਦੀ ਟੈਨਸ਼ਨ ਤੇਰੀ ਖਤਮ ਕਰਿਆ ਦੀ ਮੁੰਡਾ ਰਿਸ਼ਤਾ ਪੱਕਾ ਕਰਿਆ ਦਾ ਕਿੱਥੇ ਲੁਧਿਆਣੇ ਬੰਦਾ ਜਾਣਦਾ ਸੀ ਮੁੰਡਾ ਉਹ ਦੇਖਿਆ ਹੋਇਆ ਸੀ ਮੈਂ ਕਿਹਾ ਵੀ ਚੱਲ ਉਹ ਕਹਿੰਦੇ ਮੁੰਡਾ ਨਵਾਂ ਨੌਕਰੀ ਕਰਦਾ 40,000 ਤਨਖਾਹ ਲੈਂਦਾ ਉਹ ਕਹਿੰਦੇ ਸਾਡੇ ਬੰਨੇ ਪੱਕਾ ਪਿਆ ਕੁੜੀ ਸੋਹਣੀ ਆ ਐਤਵਾਰ ਨੂੰ ਆਉਣਗੇ ਸ਼ਗਨ ਪਾ ਜਾਣਗੇ ਤੇ ਤਾਂ ਬਹੁਤ ਮਾੜੀ ਗੱਲ ਕੀਤੀ ਮੁੰਡਾ ਤਾਂ ਆਪਣਾ ਸਵਾਹ ਨਹੀਂ ਕਰਦਾ ਹੈਗਾ ਅਗਲੇ ਵੀ ਬਗਾਨੇ ਧੀ ਦੀ ਕਿਉਂ ਜ਼ਿੰਦਗੀ ਖਰਾਬ ਕਰਨੀ ਆ ਅੱਛਾ ਜੇ ਆਪਾਂ ਨੂੰ ਕੋਈ ਆਪਣੀ ਧੀ ਦਾ ਇੱਕ ਰਿਸ਼ਤਾ ਕਰੇ ਤੂੰ ਕਰ ਦੇਗਾ ਮੁੰਡਾ ਬੇਕਾਰ ਹੋਵੇ ਨਲਾਇਕ ਵਿਹਲਾ ਫਿਰਦਾ ਹੋਵੇ ਬਗਾਨੀਆਂ ਕੁੜੀਆਂ ਵੱਲ ਝਾਕਦਾ ਹੋਵੇ ਤੈਨੂੰ ਆਵਾ ਸ਼ਰਿਆ ਮੱਝ ਕਹਿਤਾ ਵੀ ਇਹ ਕੰਧਾਂ ਕੰਨੀ ਝਾਕਦਾ ਉਹਨਾਂ ਦੀ ਕੁੜੀ ਦੇ ਮਗਰ ਲੱਗਿਆ ਹੋਇਆ ਮੈਨੂੰ ਕਹਿੰਦਾ ਕੁੱਤੇ ਭੌਂਕਦੇ ਨੇ ਮੇਰੇ ਪਿਓ ਦੇ ਘਰ 4 ਧੀਆਂ ਸੀ ਅਸੀਂ ਉਹ ਕਹਿੰਦਾ ਸੀ ਕੱਖਾਂ ਦੀ ਕੁੰਡੀ 'ਚ ਤਾਂ ਮੈਂ ਵਿਆਹ ਕਰ ਦੂੰ ਪਰ ਮੁੰਡਾ ਮੈਂ ਨੌਕਰੀ ਵਾਲਾ ਲੈਣਾ ਤੂੰ ਕਿਉਂ ਉਹਦੇ ਵਿਚਾਰੇ ਦੀ ਜ਼ਿੰਦਗੀ ਖਰਾਬ ਕਰਨੀ ਆ ਸਾਰੀ ਉਮਰ ਆਪਾਂ ਹੀ ਖੜਾਈ ਜਾਵਾਂਗੇ ਤੇ ਤਾਂ ਬਹੁਤ ਮਾੜਾ ਕੰਮ ਕੀਤਾ ਇਹ ਤਾਂ ਤੇਰੇ ਠੀਕ ਕਰਦਾ ਫੋਨ ਮੈਂ ਹੁਣੇ ਜਵਾਬ ਦੇ ਦੇਣਾ ਆਪਾਂ ਵੀ ਕੀ ਕਰਨਾ ਉਹ ਫਿਰ ਮਗਰੋਂ ਬਾਅਦ 'ਚ ਪਤਾ ਲੱਗੇ ਜਾਣਾ ਪਤਾ ਕਿ ਲੱਗਣੋਂ ਰਹਿੰਦਾ ਹੁੰਦਾ ਇਹਨੀਆਂ ਗੱਲਾਂ ਦਾ ਵੀ ਤਾਂ ਨਲਾਇਕ ਠੇਠਰ ਫਿਰਦਾ ਤੁਰਿਆ ਕੋਈ ਨਹੀਂ ਮੈਂ ਕਰਕੇ ਫੋਨ ਹੁਣ ਇਹਨਾਂ ਨੂੰ ਜਵਾਬ ਦੇ ਦੇਣਾ ਨਹੀਂ ਦੇ ਦੇ ਜਵਾਬ ਮੈਂ ਨਹੀਂ ਇਸ ਕੰਮਾਂ 'ਚ ਰਾਜੀ ਹੈਗੀ ਠੀਕ ਹੈ ਤਾਂ ਤੇ ਠੀਕ ਮੇਰੀ ਹੱਥ ਬੰਨ ਕੇ ਇਹੀ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਕਿ ਆਪਣੇ ਪੁੱਤ ਦਾ ਰਿਸ਼ਤਾ ਝੂਠ ਬੋਲ ਕੇ ਨਾ ਕਿਸੇ ਤੋਂ ਲਵੋ ਬਗਾਨੀ ਧੀ ਦੀ ਜ਼ਿੰਦਗੀ ਨਾ ਖਰਾਬ ਕਰੋ ਆਪਣੇ ਪੁੱਤ ਨੂੰ ਆਪਣੇ ਕਾਬਲ ਬਣਾਉਣ ਦੀ ਹਿੰਮਤ ਕਰੋ ਚਲੋ ਆਪਾਂ ਵੀ ਹੁਣ ਜਵਾਬ ਦੇ ਕੇ ਆਈਏ ਉਹਨਾਂ ਦੇ ਘਰ ਨੂੰ ਵੀ ਅਸੀਂ ਇਹ ਰਿਸ਼ਤਾ ਕਰਨਾ ਸਾਡਾ ਮੁੰਡਾ ਕੁਛ ਨਹੀਂ ਕਰਦਾ ਝੂਠ ਦੇ ਸਿਰ 'ਤੇ ਬਣਾਏ ਗਏ ਰਿਸ਼ਤੇ ਕਦੇ ਸਿਰੇ ਨਹੀਂ ਚੜ੍ਹਦੇ